ਪੰਜਾਬੀ ਦੀ ਇੱਕ ਕਹਾਵਤ ਹੈ ਆਪੇ ਫਾਥੜੀਏ ਤੈਨੂੰ ਕੌਣ ਚੁੜਾਏ ਬਹੁ ਗਿਣਤੀ ਪੰਜਾਬੀਆਂ ਤੇ ਇਹ ਕਹਾਵਤ ਇਨ ਬਿਨ ਤੇ ਪੂਰੀ ਸੂਰੀ ਲਾਗੂ ਹੁੰਦੀ ਹੈ ਸਤਿ ਸ੍ਰੀ ਅਕਾਲ ਜੀ ਮੈਂ ਗੁਰਪ੍ਰੀਤ ਤਬੜੀਖਾਨਾ ਦੋਸਤੋ ਚੋਣਾ ਦਾ ਮਾਹੌਲ ਹੈ ਪਰ ਅਫਸੋਸ ਕਿ ਹਰ ਬਾਰ ਦੀ ਤਰ੍ਹਾਂ ਇਸ ਵਾਰ ਵੀ ਪੰਜਾਬ ਦੇ ਅਸਲ ਤੇ ਬੁਨਿਆਦੀ ਮਸਲੇ ਚੋਣ ਮੁੱਦਾ ਨਹੀਂ ਬਣ ਪਾਏ ਪੰਜਾਬ ਦੀ ਖੇਤੀ ਸਿਹਤ ਅਤੇ ਵਾਤਾਵਰਣ ਦਾ ਸੰਕਟ ਪੰਜਾਬ ਦੀ ਆਰਥਿਕਤਾ ਅਤੇ ਸਾਡੇ ਬੱਚਿਆਂ ਦੀ ਸਿੱਖਿਆ ਦਾ ਸੰਕਟ ਵੀ ਸਾਡੇ ਸਾਹਮਣੇ ਮੂੰਹ ਅੱਡੀ ਖੜਾ ਹੈ ਪਰ ਮਜਾਲ ਹੈ ਕਿਸੇ ਵੀ ਰਾਜਨੀਤਿਕ ਦਲ ਨੇ ਇਨਾਂ ਸਾਰੇ ਮਸਲਿਆਂ ਨੂੰ ਆਪਣੇ ਏਜੰਡੇ ਤੇ ਲਿਆ ਹੋਵੇ ਜਾਂ ਇਨਾਂ ਬਾਰੇ ਕੋਈ ਗੱਲ ਕੀਤੀ ਹੋਵੇ ਜਾਂ ਇਨਾਂ ਬਾਰੇ ਕੋਈ ਵਾਦਾ ਕਰਨਾ ਹੀ ਮੁਨਾਸਬ ਸਮਝਿਆ ਹੋਵੇ। باوجود ਇਸ ਦੇ ਬਹੁਤ ਹੀ ਜਿਹੜੇ ਪੰਜਾਬੀ ਹੈਗੇ ਆ ਉਹ ਅਲੱਗ-ਅਲੱਗ ਰਾਜਨੀਤਿਕ ਪਾਰਟੀਆਂ ਦੀ ਧਿਰ ਬਣ ਕੇ ਇਹਨਾਂ ਚੋਣਾਂ ਦੇ ਵਿੱਚ ਜਿਹੜੀ ਹੈਗੀ ਆ ਆਪਸ ਦੇ ਵਿੱਚ ਲੜਾਈ ਲੜਦੇ ਪਏ ਆ। ਦੋ ਤਿੰਨ ਰਵਾਇਤੀ ਪਾਰਟੀਆਂ ਅਕਾਲੀ ਦਲ ਬਾਦਲ ਕਾਂਗਰਸ ਭਾਜਪੀ ਤੇ ਚੌਥੀ ਜਿਹਨੂੰ ਆਪਾਂ ਗੈਰ ਰਵਾਇਤੀ ਪਾਰਟੀ ਦੇ ਨਾਮ ਤੇ ਸੰਬੋਧਿਤ ਕਰਦੇ ਆ ਆਮ ਆਦਮੀ ਪਾਰਟੀ ਇਹ ਮੁੱਖ ਰੂਪ ਨਾਲ ਚੋਣ ਮੈਦਾਨ ਦੇ ਵਿੱਚ ਨੇ ਤੇ ਬਹੁ ਗਿਣਤੀ ਪੰਜਾਬੀ ਜਿਹੜੇ ਹੈਗੇ ਆ ਇਹਨਾਂ ਚਾਰਾਂ ਪਾਰਟੀਆਂ ਦੇ ਨਾਲ ਖੜੇ ਹੋਏ ਆਪਸੀ ਧੜੇਬੰਦੀ ਦਾ ਸ਼ਿਕਾਰ ਹੋ ਕੇ ਪੰਜਾਬ ਦੇ ਅਸਲ ਤੇ ਬੁਨਿਆਦੀ ਮੁੱਦਿਆਂ ਤੋਂ ਕਿਨਾਰਾ ਕਰ ਵਿਅਕਤੀਵਾਦੀ ਰਾਜਨੀਤੀ ਦੇ ਸ਼ਿਕਾਰ ਹੋ ਚੱਲੇ ਨੇ ਹਾਲਾਂਕਿ ਕੋਈ ਵੀ ਪਾਰਟੀ ਪੰਜਾਬ ਦੀ ਖੇਤੀ ਲਈ ਉਹਦੇ ਕੋਲੇ ਕੀ ਰੋਡ ਮੈਪ ਆ ਉਹ ਨਹੀਂ ਦੱਸਣਾ ਚਾਹੁੰਦੀ ਪੰਜਾਬ ਦੀ ਸਿਹਤ ਨੂੰ ਲੈ ਕੇ ਉਹਦੇ ਕੋਲੇ ਕੀ ਯੋਜਨਾ ਹੈਗੀ ਆ ਉਹ ਨਹੀਂ ਦੱਸਣਾ ਚਾਹੁੰਦੀ ਪੰਜਾਬ ਦੇ ਵਾਤਾਵਰਣ ਦੇ ਸੰਕਟ ਨੂੰ ਲੈ ਕੇ ਉਹਦੇ ਕੋਲੇ ਕੀ ਵਿਆਉਤਬੰਦੀ ਹੈ ਇਹਦਾ ਹੱਲ ਕੀ ਕਰਨਾ ਉਹਨੇ ਉਹ ਨਹੀਂ ਦੱਸ ਰਹੀ ਪੰਜਾਬ ਦੀ ਆਰਥਿਕਤਾ ਨੂੰ ਕਿਵੇਂ ਠੰਮਣਾ ਦੇਣਾ ਕਿਸੇ ਪਾਰਟੀ ਕੋਲੇ ਇਸ ਦਾ ਕੋਈ ਪ੍ਰੋਗਰਾਮ ਨਹੀਂ ਹੈਗਾ ਤੇ ਇਸ ਵੇਲੇ ਸਕੂਲ ਜਿਹੜੇ ਹੈਗੇ ਆ ਸਾਡੇ ਬੱਚਿਆਂ ਦੇ ਉਹ ਬੰਦ ਆ ਤੇ ਸਾਡੇ ਬੱਚਿਆਂ ਨੂੰ ਸਿੱਖਿਆ ਤੋਂ ਵਾਂਝਿਆ ਰੱਖਿਆ ਜਾ ਰਿਹਾ ਜਾਣਬੁੱਝ ਕੇ ਇਸ ਮਸਲੇ ਦੇ ਉੱਤੇ ਵੀ ਕਿਸੇ ਪਾਰਟੀ ਦਾ ਕੋਈ ਸਟੈਂਡ ਨਹੀਂ ਹੈਗਾ ਬਾਵਜੂਦ ਅਸੀਂ ਢੜੇ ਬੰਦੀਆਂ ਦੇ ਸ਼ਿਕਾਰ ਹੋ ਕੇ ਵਿਅਕਤੀਵਾਦੀ ਨਜ਼ਰੀਏ ਦੇ ਨਾਲ ਅਲੱਗ-ਅਲੱਗ ਪਾਰਟੀਆਂ ਉਹ ਚੋਣ ਜਿਤਾਉਣ ਲਈ ਅੱਡੀ ਚੁੱਟੀ ਦਾ ਜ਼ੋਰ ਲਾ ਰਹੇ ਆ ਇਹ ਕੋਈ ਚੰਗੀ ਗੱਲ ਨਹੀਂ ਹੈਗੀ ਦੋਸਤੋ ਖੇਤੀ ਦੀ ਗੱਲ ਕਰੀਏ ਤਾਂ ਖੇਤੀ ਜਿਹੜੀ ਹੈਗੀ ਆ ਟਿਕਾਊ ਹੋਣੀ ਚਾਹੀਦੀ ਆ ਸਸਟੇਨੇਬਲ ਹੋਣੀ ਚਾਹੀਦੀ ਆ ਜਿਹੜੀ ਕਿ ਹਾਲ ਦੀ ਘੜੀ ਨਹੀਂ ਹੈਗੀ ਜ਼ਮੀਨ ਦੀ ਉਪਜਾਊ ਸ਼ਕਤੀ ਲਗਾਤਾਰ ਥੱਲੇ ਜਾ ਰਹੀ ਆ ਫਸਲਾਂ ਦੀ ਪੈਦਾਵਾਰ ਲੈਣ ਲਈ ਖੇਤੀ ਲਾਗਤਾਂ ਦੇ ਵਿੱਚ ਲਗਾਤਾਰ ਤੇ ਵੱਡਾ ਵਾਧਾ ਹੋ ਰਿਹਾ। ਖੇਤੀ ਦੇ ਵਿੱਚ ਫਸਲਾਂ ਦੇ ਉੱਤੇ ਸਾਲ ਦਰ ਸਾਲ ਮੁਸੀਬਤਾਂ ਵੱਧ ਵੱਧ ਕੇ ਪੈ ਰਹੀਆਂ। ਕੈਮੀਕਲ ਖੇਤੀ ਦਾ ਜਿਹੜਾ ਮਾਡਲ ਹੈ ਉਹ ਫੇਲ ਹੋ ਚੁੱਕਿਆ ਪੰਜਾਬ ਦੇ ਵਿੱਚ। ਤੇ ਇਸ ਮਾਡਲ ਦੇ ਆਲਟਰਨੇਟ ਜਾਂ ਇਸ ਦਾ ਬਦਲਵਾ ਮਾਡਲ ਜਿਹੜਾ ਹੈਗਾ ਉਹਦੇ ਬਾਰੇ ਕਿਸੇ ਪਾਰਟੀ ਕੋਲੇ ਕੋਈ ਏਜੰਡਾ ਨਹੀਂ ਹੈਗਾ ਹਾਲ ਦੀ ਘੜੀ ਤੇ ਸਾਡੇ ਲੋਕ ਜਿੰਨਾਂ ਦੀ ਰੀੜ ਖੇਤੀ ਹੈਗੀ ਆ ਜਿੰਨਾਂ ਦੇ ਜੀਵਨ ਦਾ ਧੁਰਾ ਖੇਤੀ ਆ ਜਿੰਨਾਂ ਦੀ ਜੀਵਨ ਰੇਖਾ ਕੀਤੀ ਆ ਉਹ ਕਿਸੇ ਵੀ ਪਾਰਟੀ ਨੂੰ ਖੇਤੀ ਵਾਲੇ ਮਸਲੇ ਨੂੰ ਚੋਣ ਮੁੱਦਾ ਬਣਾਉਣ ਲਈ ਅੱਜ ਤੱਕ ਮਜਬੂਰ ਨਹੀਂ ਕਰ ਸਕੇ ਇਹ ਸਾਡੀ ਹਾਰ ਹੈ ਸਾਡੇ ਤੇ ਲਾਹਨਤ ਹੈ ਇਹਦੇ ਲਗੋ ਸਿਹਤ ਦੀ ਗੱਲ ਕਰੀਏ ਤਾਂ ਜਿਹੜੇ ਖਿੱਤੇ ਦੇ ਲੋਕਾਂ ਦੀ ਖੇਤੀ ਖਰਾਬ ਹੋਏਗੀ ਉਸ ਖਿੱਤੇ ਦੇ ਲੋਕਾਂ ਦਾ ਵਾਤਾਵਰਨ ਵੀ ਖਰਾਬ ਹੋਏਗਾ ਸਾਇੰਟਿਸਟਾਂ ਦਾ ਕਹਿਣਾ ਕਿ ਖੇਤੀ ਦੇ ਵਿੱਚ ਛਿੜਕ ਕੇ ਜਾਣ ਵਾਲੇ ਹਲ ਕੀਟਨਾਸ਼ਕ ਜ਼ਹਿਰਾਂ ਦਾ 99% ਤਾਂ ਹਵਾ ਪਾਣੀ ਤੇ ਮਿੱਟੀ ਚ ਘੁਲ ਜਾਂਦਾ। ਮਤਲਬ ਵਾਤਾਵਰਨ ਚ ਘੁਲ ਜਾਂਦਾ। ਸੋ ਜਿਹੜੇ ਖੇਤੇ ਦੇ ਲੋਕਾਂ ਦੀ ਖੇਤੀ ਖਰਾਬ ਹੋਏਗੀ ਉਸ ਖੇਤੇ ਦੇ ਲੋਕਾਂ ਦਾ ਵਾਤਾਵਰਨ ਵੀ ਖਰਾਬ ਹੋਏਗਾ ਤੇ ਵਾਤਾਵਰਨ ਤੇ ਖੇਤੀ ਦੇ ਨਾਲ ਹੀ ਸਾਡੀ ਸਿਹਤ ਜੁੜੀ ਹੋਈ ਹੈ। ਜਿਹੜੇ ਸਮਾਜ ਦਾ ਵਾਤਾਵਰਨ ਠੀਕ ਨਹੀਂ ਹੋਏਗਾ ਜਿਹੜੇ ਸਮਾਜ ਦੀ ਖੇਤੀ ਸ਼ੁੱਧ ਨਹੀਂ ਹੋਏਗੀ ਉਹ ਸਮਾਜ ਤੰਦਰੁਸਤ ਨਹੀਂ रह ਸਕੇਗਾ ਇਸ ਪੱਖੋਂ ਗੱਲ ਕਰੀਏ ਤਾਂ ਪੰਜਾਬ ਦੇ ਲੋਕ ਸਿਹਤ ਵਾਲੇ ਨਜ਼ਰੀਏ ਤੋਂ ਬੁਰੀ ਤਰ੍ਹਾਂ ਨਿੱਗਰ ਚੁੱਕੇ ਆ ਪੰਜਾਬੀਆਂ ਦੀ ਸਿਹਤ ਜਿਹੜੀ ਹੈਗੀ ਆ ਜੇ ਪੰਜਾਬੀ ਚ ਕਹੀਏ ਤਾਂ ਉਹ ਭਾਂਡੇ ਚ ਮੜ ਚੱਲੀ ਹੈ ਸਿਹਤ ਦੋ ਪ੍ਰਕਾਰ ਦੀ ਹੁੰਦੀ ਹੈ ਸਰੀਰਕ ਤੇ ਮਾਨਸਿਕ ਅੱਗੇ ਸਰੀਰਕ ਸਿਹਤ ਦੇ ਵੀ ਦੋ ਪ੍ਰਕਾਰ ਹੁੰਦੇ ਆ ਬਾਹਰੀ ਸਿਹਤ ਤੇ ਅੰਦਰੂਨੀ ਸਿਹਤ ਬਾਹਰੀ ਸਿਹਤ ਪੱਖੋਂ ਚਾਰ ਬਿਮਾਰੀਆਂ ਪੰਜਾਬੀਆਂ ਨੂੰ ਬਰਬਾਦ ਕਰਦੀਆਂ ਪਈਆਂ ਪੰਜਾਬੀਆਂ ਦਾ ਟੈਂਟਾ ਮਕਾਉਂਦੀਆਂ ਪਈਆਂ ਕੈਂਸਰ ਸ਼ੂਗਰ ਕਾਲਾ ਪੀਲੀਆ ਹਾਰਟ ਅਟੈਕ ਜ਼ਿੰਦਗੀ ਦੀਆਂ ਚਾਰ ਅਵਸਥਾਵਾਂ ਹੁੰਦੀਆਂ ਬਚਪਨ ਜਵਾਨੀ ਅਧੀੜ ਉਮਰ ਤੇ ਬੁਢਾਪਾ ਇਹ ਚਾਰੇ ਬਿਮਾਰੀਆਂ ਲਗਭਗ ਚਾਰੇ ਅਵਸਥਾਵਾਂ ਤੇ ਪੰਜਾਬੀਆਂ ਦੀ ਜ਼ਿੰਦਗੀ ਨੂੰ ਲੀਲ ਦੀਆਂ ਪਈਆਂ ਪੰਜਾਬੀਆਂ ਨੂੰ ਖਤਮ ਕਰਦੀਆਂ ਪਈਆਂ ਕੈਂਸਰ ਬਚਪਨ ਚ ਵੀ ਹੋ ਰਿਹਾ ਜਵਾਨੀ ਚ ਵੀ ਹੋ ਰਿਹਾ ਅਢੇਡ ਉਮਰ ਚ ਵੀ ਹੋ ਰਿਹਾ ਬੁਢਾਪੇ ਚ ਵੀ ਹੋ ਰਿਹਾ ਸ਼ੂਗਰ ਬਚਪਨ ਚ ਵੀ ਹੋ ਰਿਹਾ ਜਵਾਨੀ ਚ ਵੀ ਹੋ ਰਿਹਾ ਅਢੇਡ ਉਮਰ ਚ ਵੀ ਹੋ ਰਿਹਾ ਬੁਢਾਪੇ ਚ ਵੀ ਹੋ ਰਿਹਾ ਕਾਲਾ ਪੀਲਿਆ ਵੀ ਇੰਨਾ ਚਾਰਾਂ ਸਟੇਜਾਂ ਤੇ ਹੋ ਰਿਹਾ ਤੇ ਹਾਰਟ ਅਟੈਕ ਤੋਂ ਜੇ ਕੋਈ ਸਟੇਜ ਬਚੀ ਆ ਤਾਂ ਉਹ ਸਿਰਫ ਬਚਪਨ ਬਚੀ ਹੋਈ ਆ ਹਾਲ ਦੀ ਘੜੀ ਮਤਲਬ ਜਵਾਨੀ ਅਢੇਡ ਉਮਰ ਤੇ ਬੁਢਾਪਾ ਏ ਹਾਰਟ ਅਟੈਕ ਦੀ ਜਾਦ ਵਿੱਚ ਆਇਆ ਹੋਇਆ 20 ਤੋਂ 40 ਸਾਲ ਦੀ ਉਮਰ ਦੇ ਜਿਹੜੇ ਸਾਡੇ ਨੌਜਵਾਨ ਆ ਉਹ ਹਾਰਟ ਅਟੈਕ ਨਾਲ ਮਰਤੇ ਪਏ ਆ ਪੰਜਾਬ ਦੇ ਵਿੱਚ 5-5 ਸਾਲ ਦੇ ਬੱਚਿਆਂ ਨੂੰ ਸ਼ੂਗਰ ਹੈ ਤੇ ਇਸ ਸ਼ੂਗਰ ਨੂੰ ਕਹਿੰਦੇ ਆ ਟਾਈਪ 1 ਸ਼ੂਗਰ ਤੇ ਇਸ ਦਾ ਕੋਈ ਇਲਾਜ ਨਹੀਂ ਹੈਗਾ ਦੁਨੀਆ ਤੇ ਇਹਦੇ ਇਲਾਵਾ ਅੰਦਰੂਨੀ ਸਿਹਤ ਦੀ ਗੱਲ ਜਦੋਂ ਕਰਦੇ ਆ ਤਾਂ ਉਹਦਾ ਸਬੰਧ ਸਾਡੀ ਜੰਮਣ ਛਾਤੀ ਦੇ ਨਾਲ ਆ ਪੰਜਾਬੀਆਂ ਦੀ ਜੰਮਣ ਸ਼ਕਤੀ ਬਾਰੇ ਅਜ ਤੋਂ 15 ਸਾਲ ਪਹਿਲਾਂ ਇੱਕ ਰਿਪੋਰਟ ਆਈ ਸੀ World Civilian Parameter Committee WHO ਦੀ ਉਹਦੀ ਰਿਪੋਰਟ ਇਹ ਕਹਿੰਦੀ ਸੀ ਕਿ ਪੰਜਾਬੀਆਂ ਦਾ ਸਪਰਮ ਕਾਊਂਟ 40 ਬਾਰੇ ਪਹਿਲਾਂ ਦੇ ਮੁਕਾਬਲੇ 40% ਥੱਲੇ ਆ ਗਿਆ ਇਸ ਰਿਪੋਰਟ ਨੂੰ ਜੇ ਸਾਈਟ ਤੇ ਵੀ ਰੱਖ ਲਈਏ ਤੇ ਸਾਡੇ ਘਰਾਂ 'ਚ ਦੇਖੀਏ ਤਾਂ ਪਿਛਲੇ 10-15 ਸਾਲਾਂ ਤੋਂ ਸਾਡੇ ਘਰਾਂ ਦੇ ਵਿੱਚ ਬਿਨਾ ਦਵਾਈ ਤੋਂ ਕਿਸੇ ਬੱਚੇ ਦਾ ਜਨਮ ਨਹੀਂ ਹੋ ਰਿਹਾ ਬੱਚੇ ਮਾਈ ਦੇ ਦਮ ਤੇ ਪੈਦਾ ਹੋਣੇ ਚਾਹੀਦੇ ਆ ਨਾ ਕਿ ਦਵਾਈ ਦੇ ਦਮ ਤੇ ਤੇ ਜਿਹੜੇ ਬੱਚੇ ਪੈਦਾ ਹੋ ਵੀ ਰਹੇ ਆ ਉਹ ਬੱਚੇ ਬਹੁ ਗਿਣਤੀ ਸਤਮਾਹੀ ਅਠਮਾਹੀ ਆ ਤੇ ਉਹਨਾਂ ਵਿੱਚੋਂ ਵੀ ਕੁਝ ਬੱਚੇ ਜਵਾਂਦਰੂ ਨੁਕਸਾਨ ਵਾਲੇ ਪੈਦਾ ਹੋ ਰਹੇ ਆ ਅੱਜ ਜਿਹੜਾ ਬੱਚਾ ਪੈਦਾ ਹੋਇਆ ਉਹਦੀ ਮਾਂ ਨੇ ਉਹਨੂੰ ਜੰਮਣ ਵਾਸਤੇ ਅੱਜ ਦੇ ਸਮੇਂ ਜਿੰਨੀ ਦਵਾਈ ਖਾਧੀ ਕੀ ਉਹ ਬੱਚਾ 20-22 ਵਰਿਆਂ ਬਾਅਦ ਆਪਣੀ ਮਾਂ ਜਿੰਨੀ ਦਵਾਈ ਖਾ ਕੇ ਅਗਲੀ ਪੀੜੀ ਲੈ ਆਏਗਾ ਜਵਾਬ ਹੈ ਨਹੀਂ ਦੁੱਗਣੀ ਜਾਂ ਚੌਗਣੀ ਦਵਾਈ ਖਾਣੀ ਪਊਗੀ ਆਪਦੀ ਮਾਂ ਦੇ ਮੁਕਾਬਲੇ ਹੋ ਸਕਦਾ ਉਹ ਅਗਲੀ ਪੀੜੀ ਲੈ ਆਵੇ ਆਪਾਂ ਮੰਨ ਲੈਨੇ ਆ ਕਿ ਉਹ ਦੁੱਗਣੀ ਜਾਂ ਚੌਗਣੀ ਦਵਾਈ ਖਾ ਕੇ ਆਪਣੀ ਮਾਂ ਦੇ ਮੁਕਾਬਲੇ 20-22 ਵਰਿਆਂ ਬਾਅਦ ਅਗਲੀ ਪੀੜੀ ਲੈ ਆਏਗਾ ਪਰ ਕੀ ਉਸ ਦੀ ਲਿਆਂਦੀ ਹੋਈ ਅਗਲੀ ਪੀੜੀ ਅਗਲੇ 20-22 ਵਰਿਆਂ ਬਾਅਦ ਅਗਲੀ ਪੀੜੀ ਲੈ ਆਏਗੀ ਜਵਾਬ ਹੈ ਨਹੀਂ ਇਹ ਸਵਾਲੀਆਂ ਨਿਸ਼ਾਨ ਹੈ ਸਾਡੇ ਭਵਿੱਖ ਦੇ ਉੱਤੇ ਸਾਡੀ ਹੋਂਦ ਦੇ ਉੱਤੇ ਕੀ ਕੋਈ ਰਾਜਨੀਤਿਕ ਪਾਰਟੀ ਇਸ ਸਵਾਲ ਨੂੰ ਮੁਖਾਤਬ ਹੋ ਰਹੀ ਹੈ ਪੰਜਾਬ ਦੇ ਵਿੱਚ ਉਹਨੂੰ ਇਹ ਸੰਕਟ ਨਜ਼ਰ ਨਹੀਂ ਆਉਂਦਾ ਪਿਆ ਜੇ ਨਜ਼ਰ ਨਹੀਂ ਆਉਂਦਾ ਪਿਆ ਤਾਂ ਫਿਰ ਇਹੋ ਜੀਆਂ ਪਾਰਟੀਆਂ ਤੋਂ ਅਸੀਂ ਕਰਵਾਉਣਾ ਕੀ ਹੈ ਇਹ ਸਾਡੇ ਤੇ ਸਵਾਲ ਖੜਾ ਹੁੰਦਾ ਹੈ ਕਸੇਤ ਦਾ ਜਿਹੜਾ ਸੰਕਟ ਆ ਉਹ ਵਾਤਾਵਰਣ ਦੇ ਸੰਕਟ ਨਾਲ ਜੁੜਿਆ ਹੋਇਆ ਖੇਤੀ ਦੇ ਸੰਕਟ ਨਾਲ ਜੁੜਿਆ ਹੋਇਆ ਜੇ ਧਰਤੀ ਦੀ ਉਪਜਾਊ ਸ਼ਕਤੀ ਘਟੇਗੀ ਤਾਂ ਧਰਤੀ ਤੇ ਰਹਿਣ ਵਾਲਿਆਂ ਦੀ ਧਰਤੀ ਤੇ ਰਹਿਣ ਵਾਲਿਆਂ ਦੀ ਉਪਜਾਊ ਸ਼ਕਤੀ ਘਟੇਗੀ ਤੇ ਜੇ ਧਰਤੀ ਨੂੰ ਕੈਂਸਰ ਹੋਏਗਾ ਤਾਂ ਧਰਤੀ ਤੇ ਰਹਿਣ ਵਾਲਿਆਂ ਨੂੰ ਵੀ ਕੈਂਸਰ ਹੋਏਗਾ ਹੋਏਗਾ ਹੁਣ ਅਗਲਾ ਮਸਲਾ ਆਏਗਾ ਸਾਡੀ ਆਰਥਿਕਤਾ ਕੈਮੀਕਲ ਖੇਤੀ ਕਰਦੇ ਹੋਏ ਜਿਹੜਾ ਸਾਡਾ ਆਰਥਿਕ ਸ਼ੇਸ਼ਟ ਬਹੇਗਾ ਉਹ ਬੁਰੀ ਤਰ੍ਹਾਂ ਚਰਮਰਾ ਚੁੱਕਿਆ ਲੜਖੜਾ ਚੁੱਕਿਆ ਤੇ ਕੋਈ ਵੀ ਰਾਜਨੀਤਿਕ ਦਲ ਇਸ ਖੇਤੀ ਪ੍ਰਧਾਨ ਸੂਬੇ ਦੇ ਕਿਸਾਨਾਂ ਦੀ ਮਜ਼ਦੂਰਾਂ ਦੀ ਆਰਥਿਕ ਤੰੂ ਉੱਚਾ ਚੱਕਣ ਵਾਸਤੇ ਥੰਮਣਾ ਦੇਣ ਵਾਸਤੇ ਕੋਈ ਪ੍ਰੋਗਰਾਮ ਲੈ ਕੇ ਨਹੀਂ ਆ ਰਿਹਾ ਸਾਰੇ ਦੇ ਸਾਰੇ ਰਾਜਨੀਤਿਕ ਦਲ ਲਗਭਗ ਇੱਕ ਗੱਲ ਤੇ ਇੱਕ ਮਤ ਹੈ ਕਿ ਖੇਤੀ ਦੇ ਵਿੱਚ 15% ਤੋਂ ਵੱਧ ਕਿਸਾਨ ਨਹੀਂ ਚਾਹੀਦੇ ਤੇ ਇਹ ਵਰਲਡ ਬੈਂਕ ਦੀ ਪਾਲਿਸੀ ਹੈ। ਉਹਦੇ ਮੁਤਾਬਕ ਜਿਹੜਾ ਹੈਗਾ ਚੀਜ਼ਾਂ ਚਲਾਈਆਂ ਜਾ ਰਹੀਆਂ। ਉਹਦੇ ਤਹਿਤ ਹੀ ਕਾਲੇ ਕਾਨੂੰਨ ਲਿਆਂਦੇ ਗਏ ਸੀ ਜਿਹੜੇ ਕਿ ਸਰਕਾਰ ਨੂੰ ਲੋਕਾਂ ਦੇ ਕਿਸਾਨਾਂ ਦੇ ਇੱਕੇ ਅੱਗੇ ਝੁਕਦਿਆਂ ਵਾਪਸ ਲੈਣੇ ਪਏ। ਪਰ ਕੋਈ ਵੀ ਰਾਜਨੀਤਿਕ 당ਾ ਖੇਤੀ ਪ੍ਰਧਾਨ ਸੂਬੇ ਦੇ ਲੋਕਾਂ ਦੀ ਖੇਤੀ ਨਾਲ ਜੁੜੀ ਹੋਈ ਆਰਥਿਕਤਾ ਨੂੰ ਠੋਮਣਾ ਦੇਣ ਲਈ ਕੋਈ ਪ੍ਰੋਗਰਾਮ ਲੈ ਕੇ ਨਹੀਂ ਆ ਰਿਹਾ ਪਰ ਸਾਨੂੰ ਕੀ ਅਸੀਂ ਤਾਂ ਮੈਂ ਕੇਜਰੀਵਾਲ ਦਾ ਫੈਨ ਮੈਂ ਸੁਖਵੀਰ ਦਾ ਫੈਨ ਮੈਂ ਕੈਪਟਨ ਦਾ ਫੈਨ ਮੈਂ ਸਿੱਧੂ ਦਾ ਫੈਨ ਅਸੀਂ ਤਾਂ ਫੈਨ ਪੁਨੇ ਦੇ ਵਿੱਚ ਆਪਣੇ ਤੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਉਹਨਾਂ ਦੇ ਚਰਨਾਚ ਚੜਾ ਰਹੇ ਆ ਤੇ ਉਹ ਬਾਅਦ ਦੇ ਵਿੱਚ ਠੁੱਡ ਮਾਰ ਕੇ ਸਾਡੇ ਬੱਚਿਆਂ ਦੇ ਭਵਿੱਖ ਨੂੰ ਹਨੇਰੇ ਖੂਚ ਤੱਕ ਦਿੰਦੇ ਆ ਉਸ ਤੋਂ ਬਾਅਦ ਮਸਲਾ ਹੈਗਾ ਸਿੱਖਿਆ ਦਾ ਪੜ੍ਹਾਈ ਦਾ ਦੋਸਤੋ ਕਰੋਨਾ ਦੇ ਨਾਮ ਤੇ ਸਾਡੇ ਬੱਚਿਆਂ ਦੇ ਸਕੂਲ ਬੰਦ ਕੀਤੇ ਗਏ ਆ ਇਹੀ ਰਾਜਨੀਤਿਕ ਪਾਰਟੀਆਂ ਪਿੰਡਾਂ ਦੇ ਵਿੱਚ 2 200 3 300 ਲੋਕਾਂ ਦਾ ਇਕੱਠ ਵੀ ਕਰਦੀਆਂ ਪਈਆਂ ਉੱਥੇ ਕਰੋਨਾ ਨਹੀਂ ਹੈਗਾ ਬੱਸਾਂ ਦੇ ਵਿੱਚ ਸਫ਼ਰ ਕਰਦੇ ਆ ਤਾਂ ਬੱਸਾਂ ਨੱਕੋ ਨੱਕ ਭਰੀਆਂ ਹੁੰਦੀਆਂ ਲੋਕ ਨੱਕੋ ਨੱਕ ਭਰੀਆਂ ਬੱਸਾਂ 'ਚ ਸਫ਼ਰ ਕਰਦੇ ਆ ਬੱਸਾਂ 'ਚ ਕਰੋਨਾ ਨਹੀਂ ਹੈਗਾ ਹੋਰ ਥਾਵਾਂ ਤੇ ਕਰੋਨਾ ਨਹੀਂ ਹੈਗਾ ਪਰ ਜਿੱਥੇ ਤੁਹਾਡੇ ਬੱਚੇ ਪੜ੍ਹਦੇ ਆ ਸਕੂਲਾਂ ਦੇ ਵਿੱਚ ਉੱਥੇ ਕਰੋਨਾ ਕਿਉਂ ਜੇ ਬਾਕੀ ਸਾਰੀਆਂ ਚੀਜ਼ਾਂ ਆਮ ਵਾਂਗ ਚੱਲਦੀਆਂ ਪਈਆਂ ਤਾਂ ਸਕੂਲ ਕਿਉਂ ਨਹੀਂ ਚੱਲਦੇ ਪਈਆਂ ਕਾਟੇ ਬੱਚਿਆਂ ਤੋਂ ਵਿਆਹ ਤੋਂ ਬਾਅਦ ਤਰੀਕੇ ਦੇ ਨਾਲ ਸਿੱਖਿਆ ਖੋਹੀ ਜਾ ਰਹੀ ਹੈ ਤੁਹਾਡੇ ਬੱਚਿਆਂ ਨੂੰ ਸ਼ਾਜਸ਼ਾਨਾ ਢੰਗ ਨਾਲ ਸਿੱਖਿਆ ਤੋਂ ਵਾਂਝੇ ਰੱਖਣ ਦਾ ਪ੍ਰੋਗਰਾਮ ਲਾਗੂ ਕੀਤਾ ਜਾ ਰਿਹਾ ਆਨਲਾਈਨ এডਿਊਕੇਸ਼ਨ ਦੇ ਨਾਂ ਤੇ ਐਪ ਬੇਸਡ এডਿਊਕੇਸ਼ਨ ਤੁਹਾਡੇ ਬੱਚਿਆਂ ਤੇ ਥੋਪੀ ਜਾ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਬੱਚਿਆਂ ਨੂੰ ਜਿਹੜਾ ਹੈਗਾ ਆਨਲਾਈਨ ਪੜਾਈ ਦੇ ਨਾਲ ਜੋੜਨ ਦੇ ਜਿਹੜੇ ਹੈਗੇ ਆ ਨਾਪਾਕ ਮਨਸੂਬੇ ਜਿਹੜੇ ਹੈਗੇ ਆ ਸਰਕਾਰਾਂ ਸਿਰੇ ਚੜਾਉਣ ਦੀ ਕਸਰਤ ਕਰਦੀਆਂ ਪਈਆਂ ਤੇ ਇਸ ਕਸਰਤ ਦੇ ਵਿੱਚ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਬੇਜਮੀਰੇ ਅਧਿਆਪਕ ਬਰਾਬਰ ਦੇ ਸ਼ਰੀਕ ਬਣੇ ਹੋਏ ਆ ਹਾਲਾਂਕਿ ਇਹਨਾਂ ਬੇਜਮੀਰੇ ਅਧਿਆਪਕਾਂ ਨੂੰ ਵੀ ਇਹ ਸਰਕਾਰ ਵਰਤ ਕੇ ਐਦਾਂ ਛੁੱਟੇਗੀ ਡਸਟਬੀਨ ਦੇ ਵਿੱਚ ਕਿਉਂਕਿ ਇਹਨਾਂ ਨੂੰ ਵਰਤ ਕੇ ਸਰਕਾਰ ਦਾ ਮਨਸੂਬਾ ਹੈਗਾ ਤੁਹਾਡੇ ਬੱਚਿਆਂ ਨੂੰ ਐਪ ਬੇਸਡ ਐਜੂਕੇਸ਼ਨ ਦੀ ਆਦਤ ਪਾਉਣਾ ਤੇ ਨਿਤ ਰੋਜ਼ ਮਸ਼ਹੂਰੀਆਂ ਆਉਂਦੀਆਂ ਹਰ ਅਨੇਕਾਂ ਹੀ ਕੰਪਨੀਆਂ ਨਿਤ ਨਵਾਂ ਐਪ ਐਜੂਕੇਸ਼ਨ ਦੇ ਨਾਲ ਸੰਬੰਧਿਤ ਲਾਂਚ ਕਰਦੀਆਂ ਪਈਆਂ ਤੇ ਜਦੋਂ ਤੁਹਾਡੇ ਬੱਚਿਆਂ ਨੂੰ ਆਨਲਾਈਨ ਐਜੂਕੇਸ਼ਨ ਦੀ ਆਦਤ ਪੈ ਜਾਏਗੀ ਸਾਰਾ ਸਿਸਟਮ ਇੱਕ ਸੁਪਰ ਕੰਪਿਊਟਰ ਟਾਈਪ ਸਿਸਟਮ ਵੱਲੋਂ ਕੰਟਰੋਲਡ ਹੋਏਗਾ ਤੇ ਉਹਦੇ ਵਿੱਚ ਤੁਹਾਡੇ ਬੱਚਿਆਂ ਨੂੰ ਇੱਕ ਥਾਂ ਤੋਂ ਹੀ ਹਜ਼ਾਰਾਂ ਥਾਵਾਂ ਤੇ ਕਮਾਂਡਾਂ ਜਾਣਗੀਆਂ ਤੇ ਉਹਦੇ ਵਿੱਚ ਇਹਨਾਂ ਸਰਕਾਰੀ ਬੇਜ਼ਮੀਰੇ ਅਧਿਆਪਕਾਂ ਦੀ ਵੀ ਸਰਕਾਰ ਨੂੰ ਲੋੜ ਨਹੀਂ ਪੈਗੀ ਤੇ ਫਿਰ ਇਹਨਾਂ ਦੀ ਪਿੱਠ ਤੇ ਵੀ ਲੱਤ ਮਾਰ ਕੇ ਇਹਨਾਂ ਨੂੰ ਸਕੂਲਾਂ ਚੋਂ ਕੱਢਿਆ ਜਾਊਗਾ ਇਹ ਜਿਹੜੇ ਬੇਜ਼ਮੀਰੇ ਸਰਕਾਰੀ ਅਧਿਆਪਕ ਹੈ ਜਿਹੜੇ ਅੱਜ ਤੁਹਾਡੇ ਬੱਚਿਆਂ ਦੇ ਹੱਕਾਂ ਦੇ ਲਈ ਖੜੇ ਨਹੀਂ ਹੋ ਰਹੇ ਕੱਲ ਨੂੰ ਇਹਨਾਂ ਦੇ ਲਈ ਕੌਣ ਖੜਾ ਹੋਏਗਾ ਇਹਨਾਂ ਨੂੰ ਅੱਜ ਸੋਚਣ ਦੀ ਲੋੜ ਆ ਮੈਨੂੰ ਕੌੜਾ ਬੋਲਣਾ ਪੈ ਰਿਹਾ ਪਰ ਅਧਿਆਪਕ ਜਿਵੇਂ ਸਰਕਾਰ ਦੇ ਹੱਥ ਠੋਕੇ ਬਣੇ ਹੋਏ ਆ ਬੱਚਿਆਂ ਦੇ ਪੱਖ 'ਚ ਸਟੈਂਡ ਲੈਣ ਦੀ ਬਜਾਏ ਸਰਕਾਰ ਦੀ ਗੁਲਾਮੀ ਕਰਦੇ ਪਏ ਆ ਇਸ ਕਰਕੇ ਮੈਨੂੰ ਇਹਨਾਂ ਨੂੰ ਬੇਜਮੀਰੇ ਬੇਗੈਰਤ ਤੱਕ ਕਹਿਣਾ ਪੈ ਰਿਹਾ ਇਹਨਾਂ ਸਰਕਾਰੀ ਅਧਿਆਪਕਾਂ ਨੂੰ ਇਹ ਸਿਸਟਮ ਦੀ ਗੁਲਾਮੀ ਕਰਦੇ ਹੋਏ ਸ਼ੇਸ਼ਟ ਉਹਦਾ ਖਾਜਾ ਬਣਨਗੇ ਤੇ ਫਿਰ ਇਹਨਾਂ ਦੇ ਨਾਲ ਉਦੋਂ ਕੋਈ ਨਹੀਂ ਖੜੇਗਾ ਜਦੋਂ ਇਹ ਅੱਜ ਸਾਡੇ ਬੱਚਿਆਂ ਦੇ ਲਈ ਨਹੀਂ ਖੜੇ ਹੋ ਰਹੇ ਸਰਕਾਰਾਂ ਜਦੋਂ ਐਪ ਬੇਸਡ ਐਜੂਕੇਸ਼ਨ ਵਾਲੇ ਮਾਮਲੇ ਨੂੰ ਸੈੱਟ ਕਰਨ ਦੇ ਵਿੱਚ ਸਫਲ ਹੋ ਜਾਣਗੀਆਂ ਤੇ ਸਰਕਾਰੀ ਸਕੂਲ ਵੀ ਬੰਦ ਹੋਣਗੇ ਤੇ ਫਿਰ ਐਜੂਕੇਸ਼ਨ ਦੇ ਉੱਤੇ ਅਧਿਕਾਰ ਉਹਦਾ ਹੀ ਰਹੇਗਾ ਜਿਹੜਾ ਐਪ ਖਰੀਦ ਸਕੇਗਾ ਐਪਾਂ ਦੀ ਕੀਮਤ ਤਾਰ ਸਕੇਗਾ ਤੇ ਜਿੰਨਾਂ ਕੋਲੇ ਆਨਲਾਈਨ এডਿਕੇਸ਼ਨ ਲੈਣ ਵਾਸਤੇ ਸਾਧਨ ਹੋਣਗੇ ਤੇ ਗਰੀਬਾਂ ਕੋਲੇ ਸਾਧਨ ਕਿੱਥੋਂ ਹੋਣਗੇ ਹਰ ਕੋਈ ਸਾਧਨ ਵਾਲਾ ਹੋਵੇ ਇਹ ਲਾਜ਼ਮੀ ਨਹੀਂ ਹੈਗਾ ਸਾਰਿਆਂ ਕੋਲੇ ਸਾਧਨ ਨਹੀਂ ਹੋਣੇ ਤੇ ਇਹਦਾ ਮਤਲਬ ਹੈ ਜਿਹਦੀ ਜੇਬ ਵਿੱਚ ਪੈਸੇ ਹੋਣਗੇ ਕੱਲ ਨੂੰ ਉਸੇ ਦੀ এডਿਕੇਸ਼ਨ ਹੋਏਗੀ ਸਰਕਾਰ ਜਿਹੜੀ ਹੈਗੀ ਆ ਮੁਫਤ ਸਿੱਖਿਆ ਵਾਲੇ ਮਸਲੇ ਤੋਂ ਖੜਾ ਛਡਾਉਣ ਦੇ ਵਿੱਚ ਸਫਲ ਹੋ ਜਾਏਗੀ ਤੇ ਤੁਹਾਡੇ ਬੱਚਿਆਂ ਨੂੰ ਤੇ ਤੁਹਾਡੇ ਭਵਿੱਖ ਨੂੰ ਕਾਰਪੋਰੇਟ ਕੰਪਨੀਆਂ ਦੇ ਹਵਾਲੇ ਕਰਕੇ ਸਰਕਾਰਾਂ ਸੁਰਖਰੂ ਹੋ ਜਾਣਗੀਆਂ ਤੇ ਅਸੀਂ ਮੁੜ ਕੇ ਜਿਹੜਾ ਹੈਗਾ ਧੰਦ ਪੇਟ ਦੇ ਰਹਿ ਜਾਾਂਗੇ ਸਿਰ ਫੜ ਕੇ ਬੈਠੇ ਰਹਿ ਜਾਾਂਗੇ ਵੇਲੇ ਨੂੰ ਪਛਤਾਵਾਂਗੇ ਪਰ ਕਹਿੰਦੇ ਹੁੰਦੇ ਆ ਵੇਲੇ ਦਾ ਕੰਮ ਕੋ ਵੇਲੇ ਦੀਆ ਟਕਰਾ ਅਬ ਪਛਤਾਇ ਹੋਤ ਕਿਆ ਜਦ ਚਿੜੀਆ ਚੁਗ ਗਈ ਖੇਤ ਫੈਸਲਾ ਤੁਹਾਡੇ ਹੱਥ ਆ ਕਿ ਤੁਸੀਂ ਚਿੜੀਆਂ ਨੂੰ ਖੇਤ ਚੁਗਣ ਦੇਣਾ ਕਿ ਆਪਣੇ ਖੇਤ ਨੂੰ ਸਾਭ ਲੈਣਾ ਉਸ ਦੀ ਰਾਖੀ ਕਰਨੀ ਹੈ ਜੇ ਰਾਖੀ ਕਰਨੀ ਹੈ ਤਾਂ ਪੰਜਾਬ ਦੇ ਜਿਹੜੇ ਇਹ ਅਸਲ ਬੁਨਿਆਦੀ ਮੁੱਦੇ ਆ ਇਹਨਾਂ ਨੂੰ ਲੈ ਕੇ ਜਿੰਨੇ ਵੀ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਤੁਹਾਡੇ ਕੋਲੇ ਪਹੁੰਚ ਰਹੇ ਆ ਉਹਨਾਂ ਨੂੰ ਸਵਾਲ ਕਰੋ ਉਹਨਾਂ ਦੇ ਗਲਾਂ 'ਚ ਸਾਫਾ ਪਾਓ ਸਵਾਲਾਂ ਦਾ ਨਹੀਂ ਤਾਂ ਫਿਰ ਜਿੱਥੋਂ ਮੈਂ ਸ਼ੁਰੂਆਤ ਕੀਤੀ ਸੀ ਉਤੇ ਲਿਆ ਕੇ ਮੈਂ ਗੱਲ ਨੂੰ ਖਤਮ ਕਰਾਂਗਾ ਆਪੇ ਫਾਥੜੀਏ ਤੈਨੂੰ ਕੌਣ ਛੁੜਾਏ ਤੇ ਇਹਦਾ ਜਿਹੜਾ ਜਵਾਬ ਹੈ ਉਹ ਗੁਰਬਾਣੀ ਦੇ ਵਿੱਚ ਹੈ ਆਪਨ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ ਸੋ ਮੈਨੂੰ ਲੱਗਦਾ ਮੈਂ ਆਪਣੀ ਗੱਲ ਕਹਿਣ 'ਚ ਸਫਲ ਰਿਹਾ ਜੇ ਤੁਹਾਡੇ ਗੱਲ ਪੱਲੇ ਪਈ ਹੈ ਤੇ ਤੁਸੀਂ ਚਾਹੁੰਦੇ ਹੋ ਕਿ ਇਹ ਗੱਲ ਹੋਰ ਲੋਕਾਂ ਦੇ ਵੀ ਪੱਲੇ ਪਾਏ ਤਾਂ ਕਿਰਪਾ ਕਰਕੇ ਇਸ ਗੱਲਬਾਤ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵਾਦੋ ਵਾਦ ਲੋਕਾਂ ਤੱਕ ਪਹੁੰਚਦੀ ਕਰੋ ਤੇ ਇਹ ਜਿਹੜੇ ਸਾਡੇ ਬੁਨਿਆਦੀ ਮਸਲੇ ਹੈਗੇ ਆ ਇਹਨਾਂ ਨੂੰ ਚੋਣ ਮੁਧੇ ਬਣਾਉਣ ਲਈ ਰਾਜਨੀਤਿਕ ਪਾਰਟੀਆਂ ਨੂੰ ਮਜਬੂਰ ਕਰੋ ਸਦਾ ਜਾਗਰੂਕ ਰਹੋ ਚੇਤਾਨਨ ਰਹੋ ਤੇ ਜਿਹੜਾ ਤੁਹਾਡੇ ਅਤੇ ਤੁਹਾਡੇ ਬੱਚਿਆਂ ਦੇ ਭਵਿੱਖ ਦੇ ਨਾਲ ਖੇਡਣ ਦੀਆਂ ਬਿਆਨਤਾ ਬਣਾ ਕੇ ਆ ਰਿਹਾ ਉਹਦੇ ਗੱਲ 'ਚ ਸਾਫਾ ਪਾਉਣ ਦੀ ਤਿਆਰੀ ਰੱਖਿਆ ਕਰੋ ਇੱਕ ਪਾਰਟੀਆਂ ਕਈ ਕਈ ਗਰੰਟੀਆਂ ਦਿੰਦੀ ਫਿਰ ਦਿਆ ਸੀ ਆ ਕਰ ਦਿਆਂਗੇ ਆ ਗਰੰਟੀ ਆ ਗਰੰਟੀ ਆ ਗਰੰਟੀ ਕਿ ਉਹ ਪਾਰਟੀ ਇਸ ਗੱਲ ਦੀ ਗਰੰਟੀ ਦਿੰਦੀ ਹੈ ਕਿ ਕੱਲ ਨੂੰ ਜੇਕਰ ਉਹਨਾਂ ਦੀ ਸਰਕਾਰ ਆਉਂਦੀ ਹੈ ਤਾਂ ਉਹ ਹੱਕ ਮੰਗਦੇ ਰੋਜ਼ਗਾਰ ਮੰਗਦੇ ਲੋਕਾਂ ਦੇ ਉੱਤੇ ਨੌਜਵਾਨਾਂ ਦੇ ਉੱਤੇ ਅਕਾਲੀਆਂ ਵਾਂਗਰ ਕਾਂਗਰਸੀਆਂ ਵਾਂਗਰ ਐ ਨਹੀਂ ਟਾਏਗੀ ਜ਼ੁਲਮ ਨਹੀਂ ਟਾਏਗੀ ਕਿ ਉਹ ਪਾਰਟੀ ਇਸ ਗੱਲ ਦੀ ਗਰੰਟੀ ਦਿੰਦੀ ਹੈ ਜੇ ਨਹੀਂ ਦਿੰਦੀ ਤਾਂ ਉਹਨੂੰ ਮਜਬੂਰ ਕਰੋ ਕਿ ਉਹ ਇਹ ਗਰੰਟੀ ਵੀ ਲਿਖ ਕੇ ਦੇਵੇ ਹਰਫਿਆ ਬਿਆਨ ਦੇ ਰੂਪ ਦੇ ਵਿੱਚ ਕਿ ਉਹ ਹੱਕ ਮੰਗਦੇ ਰੋਜ਼ਗਾਰ ਮੰਗਦੇ ਨੌਜਵਾਨਾਂ ਉੱਤੇ ਪੁਲਿਸਿਆ ਕਹਿਰ ਨਹੀਂ ਢਾਏਗੀ ਐਨਾ ਕਹਿੰਦਾ ਹੋਇਆ ਮੈਂ ਆਗਿਆ ਲੈਣਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ